ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂ ਜੀ ਤੇ ਦੋਸਤੋ ਅੱਜ ਦੀ ਇਸ ਵੀਡੀਓ 'ਚ ਆਪਾਂ ਵਾਰਡ ਅਟੈਂਡੈਂਟ ਦੇ ਇਗਜ਼ਾਮ ਦੇ ਲਈ ਫਰਸਟ ਏਡ ਨਾਲ ਰਿਲੇਟਡ ਅਤਿ ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਉਮੀਦ ਕਰਦਾ ਹਾਂ ਜੀ ਤੁਹਾਨੂੰ ਪ੍ਰਸ਼ਨ ਇਸ ਵੀਡੀਓ ਵਿੱਚੋਂ ਹੀ ਵੇਖਣ ਨੂੰ ਮਿਲੇਗਾ ਹਾਂਜੀ ਹਰੇਕ ਕੁਐਸਚਨ ਲਈ ਤੁਹਾਨੂੰ 5 ਸੈਕਿੰਡ ਦਾ ਸਮਾਂ ਦਿੱਤਾ ਜਾਵੇਗਾ ਉਸ ਤੋਂ ਬਾਅਦ ਕੁਐਸਚਨ ਦਾ ਆਨਸਰ ਦੱਸਿਆ ਜਾਵੇਗਾ ਸਟਾਰਟ ਕਰਦੇ ਹਾਂ ਜੀ ਇਸ ਵੀਡੀਓ ਨੂੰ ਫਰਸਟ ਕੁਐਸਚਨ ਆਪਣਾ ਦਿੱਤਾ ਹੋਇਆ ਹੈ ਮੋਢਲੀ ਸਹਾਇਤਾ ਦਾ ਉਦੇਸ਼ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਤੇ ਤੁਹਾਡੇ ਕੋਲ 5 ਸਕਿੰਟ ਦਾ ਸਮਾਂ ਹੈਗਾ ਜੀ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਦੇ ਹੋ ਜੀ ਉੱਤੇ ਦੱਸੇ ਸਾਰੇ ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਕੁਐਸਚਨ ਦਿੱਤਾ ਹੈ ਜੀ ਮੋਡਲੀ ਸਹਾਇਤਾ ਦਾ ਉਦੇਸ਼ ਫਰਸਟ ਆਪਸ਼ਨ ਹੈਗਾ ਸੀ ਰੋਗੀ ਦੀ ਜ਼ਿੰਦਗੀ ਬਚਾਉਣਾ ਸੈਕੰਡ ਆਪਸ਼ਨ ਹੈਗਾ ਸੀ ਜੀ ਰੋਗੀ ਦੀ ਹਾਲਤ ਨੂੰ ਵਿਗੜਨ ਤੋਂ ਰੋਕਣਾ ਥਰਡ অপਸ਼ਨ ਹੈਗਾ ਜੀ ਰੋਗੀ ਦੀ ਹਾਲਤ ਨੂੰ ਸੁਧਾਰਨਾ ਤਾਂ ਇਸ ਕੁਸ਼ਚਨ ਦਾ ਆਪਣਾ ਕਰੈਕਟ ਆਂਸਰ ਹੋ ਜਾਂਦਾ ਜੀ অপਸ਼ਨ ਨੰਬਰ ਡੀ ਉੱਤੇ ਦੱਸੇ ਸਾਰੇ ਨੈਕਸਟ ਕੁਸ਼ਚਨ ਵੱਲ ਚੱਲਦੇ ਹਾਂ ਜੀ ਹੇਠ ਲਿਖਿਆਂ ਵਿੱਚੋਂ ਕਿਹੜੀ ਚੀਜ਼ ਫਰਸਟ ایڈ ਬਾਕਸ ਵਿੱਚ ਨਹੀਂ ਹੁੰਦੀ ਚਾਰ অপਸ਼ਨ ਨੇ ਫਰਸਟ ਹੈਗਾ ਜੀ ਡੈਟੋਲ ਸੈਕਿੰਡ অপਸ਼ਨ ਹੈਗਾ ਇੱਕ ਪੈਕੇਟ ਸਾਫ ਰੂ ਥਰਡ অপਸ਼ਨ ਹੈਗਾ ਜੀ ਹਤੋੜੀ ਤੇ ਫੋਰਥ ਦਿੱਤਾ ਜੀ ਬੀਟਾਡਿਨ ਹਾਂਜੀ ਤੁਸੀਂ ਦੱਸਣਾ ਹੈ ਕਿ ਕਿਹੜੀ ਚੀਜ਼ ਫਰਸਟ ایڈ ਬਾਕਸ ਵਿੱਚ ਨਹੀਂ ਹੁੰਦੀ ਤੁਹਾਡੇ ਕੋਲ 5 ਸਕਿੰਟ ਦਾ ਸਮਾਂ ਹੈਗਾ ਜੀ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਹਤੋੜੀ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਬਾਕੀ ਦੀਆਂ ਤਿੰਨ ਚੀਜ਼ਾਂ ਫਰਸਟ ਏਡ ਬਾਕਸ ਵਿੱਚ ਹੁੰਦੀਆਂ ਨੇ ਡੈਟੋਲ ਰੂ ਤੇ ਬੀਟਾਡਿਨ ਤਾਂ ਇਸ ਕੁਸ਼ਣ ਦਾ ਕਰੈਕਟ ਆਨਸਰ ਹੋ ਜਾਵੇਗਾ ਆਪਸ਼ਨ ਨੰਬਰ ਸੀ ਹਤੋੜੀ ਚੱਲਦੇ ਹਾਂ ਜੀ ਨੈਕਸਟ ਕੁਸ਼ਣ ਵੱਲ ਨੈਕਸਟ ਕੁਐਸਚਨ ਦਿੱਤਾ ਹੋਇਆ ਜੀ ਜੇਕਰ ਜ਼ਖਮੀ ਜਾਂ ਰੋਗੀ ਵਿਅਕਤੀ ਦਾਸਾਂ ਰੁੱਕ ਰਿਹਾ ਹੋਵੇ ਜਾਂ ਰੁਕਿਆ ਹੋਵੇ ਤਾਂ ਕੀ ਕਰਨਾ ਚਾਹੀਦਾ ਜੀ ਚਾਰ ਆਪਸ਼ਨ ਨੇ ਫਸ ਦਿੱਤਾ ਹੈ ਉਸ ਨੂੰ ਪਾਣੀ ਪਿਲਾਉਣਾ ਚਾਹੀਦਾ ਹੈ ਸੈਕਿੰਡ ਆਪਸ਼ਨ ਹੈਗਾ ਜੀ ਡਾਕਟਰ ਕੋਲ ਲੈ ਜਾਓ ਥਰਡ ਆਪਸ਼ਨ ਹੈਗਾ ਤੁਰੰਤ ਬਨਾਉਟੀ ਸਾਹ ਦੇਣਾ ਚਾਹੀਦਾ ਹੈ ਤੇ ਫੋਰਥ ਹੈਗਾ ਜੀ ਉਸ ਦੇ ਸਾਹ ਲੈਣ ਦਾ ਇੰਤਜ਼ਾਰ ਕਰੋ ਹਜੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜੀ ਨਾ ਸਾਥਿਆ ਨੇ ਐਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਤੁਰੰਤ ਬਨਾਉਟੀ ਸਾਂ ਦੇਣਾ ਚਾਹੀਦਾ ਹੈ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਜੇਕਰ ਜ਼ਖਮੀ ਜਾਂ ਰੋਗੀ ਵਿਅਕਤੀ ਦਾ ਸਾਂ ਰੁਕਿਆ ਹੋਵੇ ਜਾਂ ਰੁਕ ਰਿਹਾ ਹੋਵੇ ਤਾਂ ਉਸ ਨੂੰ ਤੁਰੰਤ ਬਨਾਉਟੀ ਸਾਂ ਦੇਣਾ ਚਾਹੀਦਾ ਹੈ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਮੁੱਡਲਿਸ ਸਹਾਇਤਾ ਦੇਣ ਵਾਲਾ ਵਿਅਕਤੀ ਡੈਸ਼ ਹੋਣਾ ਚਾਹੀਦਾ ਹੈ ਚਾਰ ਆਪਸ਼ਨ ਨੇ ਫਸਟ ਦਿੱਤਾ ਜੀ ਬੁੱਧੀਮਾਨ ਸੈਕੰਡ ਆਪਸ਼ਨ ਹੈਗਾ ਫੁਰਤੀਲਾ ਥਰਡ অপਸ਼ਨ ਹੈਗਾ ਜੀ ਤੁਰੰਤ ਫੈਸਲਾ ਲੈਣ ਵਾਲਾ ਤੇ ਫੋਰਥ ਹੈਗਾ ਜੀ ਇਹ ਸਾਰੇ ਹਾਂਜੀ ਤੁਹਾਡੇ ਕੋਲ 5 ਸੈਕਿੰਡ ਨੇ ਹਾਂਜੀ ਜਿਨ੍ਹਾਂ ਸਾਥੀਆਂ ਨੇ ਇਸ ਕੁਸ਼ਣ ਦਾ অপਸ਼ਨ ਨੰਬਰ ਡੀ ਚੁਣਿਆ ਜੀ ਇਹ ਸਾਰੇ ਉਹਨਾਂ ਦਾ ਆਨਸਰ கரੈਕਟ ਹੋ ਜਾਂਦਾ ਹੈ ਹਾਂਜੀ ਮਦਦ ਲਈ ਸਹਾਇਤਾ ਦੇਣ ਵਾਲਾ ਵਿਅਕਤੀ ਬੁੱਧੀਮਾਨ ਵੀ ਹੋਣਾ ਚਾਹੀਦਾ ਹੈ ਫੁਰਤੀਲਾ ਵੀ ਹੋਣਾ ਚਾਹੀਦਾ ਹੈ ਤੇ ਤੁਰੰਤ ਫੈਸਲਾ ਲੈਣ ਵਾਲਾ ਵੀ ਹੋਣਾ ਚਾਹੀਦਾ ਹੈ ਨੈਕਸਟ ਕੁਐਸਚਨ ਵੱਲ ਚਲਦੇ ਆਂ ਸੀਪੀਆਰ ਵਿੱਚ ਅੱਖਰ ਪੀ ਦਾ ਪੂਰਾ ਨਾਮ ਦੱਸੋ ਹਾਂਜੀ ਚਾਰ ਆਪਸ਼ਨ ਨੇ ਫਸਟ ਦਿੱਤਾ ਜੀ ਪ੍ਰੋਗਰਾਮ ਸੈਕੰਡ ਆਪਸ਼ਨ ਹੈਗਾ ਪ੍ਰੋਸੈਸ ਥਰਡ ਆਪਸ਼ਨ ਹੈਗਾ ਜੀ ਪ੍ਰੋਟੋਕੋਲ ਤੇ ਫੋਰਥ ਆਪਸ਼ਨ ਹੈਗਾ ਜੀ ਪਲਮੋਨਰੀ ਹਾਂਜੀ ਜੀ ਨਾਲ ਸਾਥਿਆ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਿਆ ਜੀ ਪਲਮੋਨਰੀ ਉਹਨਾਂ ਦਾ ਆਨਸਰ ਕਰੈਕਟ ਹੋ ਜਾਂਦਾ ਹੈ ਤੁਸੀਂ ਕਮੈਂਟ ਬਾਕਸ 'ਚ ਸੀਪੀਆਰ ਦੀ ਫੁੱਲ ਫਾਰਮ ਵੀ ਦੱਸਣੀ ਹੈ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਹੈਗਾ ਜੀ ਸੀਪੀਆਰ ਕਦੋਂ ਕਰਨੀ ਚਾਹੀਦੀ ਹੈ ਚਾਰ ਆਪਸ਼ਨ ਹੈ ਫਸਟ ਦਿੱਤਾ ਜੀ ਜਦੋਂ ਪੀੜਤ ਦੇ ਦਿਲ ਦੀ ਧੜਕਣ ਬੰਦ ਹੋਵੇ ਸੈਕੰਡ ਆਪਸ਼ਨ ਹੈਗਾ ਜਦੋਂ ਕੋਈ ਵਿਅਕਤੀ ਸੌ ਰਿਹਾ ਹੋਵੇ ਥਰਡ ਆਪਸ਼ਨ ਦਿੱਤਾ ਜੀ ਜਦੋਂ ਪੀੜਤ ਦੇ ਕਮਰ ਵਿੱਚ ਦਰਦ ਹੋਵੇ ਤੇ 4ਵਾਂ ਹੈਗਾ ਜੀ ਨਨ ਆਫ ਥੀਸ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਹਾਂਜੀ ਸੀਪੀਆਰ ਕਦੋਂ ਕਰਨੀ ਚਾਹੀਦੀ ਹੈ ਜਦੋਂ ਪੀੜਤੇ ਦੇ ਦਿਲ ਦੀ ਧੜਕਣ ਬੰਦ ਹੋਵੇ ਜਿਨ੍ਹਾਂ ਸਾਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ A ਚੁਣਿਆ ਜੀ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਚਲਦੇ ਹਾਂ ਨੈਕਸਟ ਕੁਸ਼ਣ ਵੱਲ ਹਾਂਜੀ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਸੀਪੀਆਰ ਕਦੋਂ ਨਹੀਂ ਕਰਨੀ ਚਾਹੀਦੀ ਇਹ ਕੁਐਸਚਨ ਵੀ ਵੈਰੀ ਇੰਪੋਰਟੈਂਟ ਹੈਗਾ ਜੀ ਚਾਰ ਆਪਸ਼ਨ ਨੇ ਫਸਟ ਦਿੱਤਾ ਜੀ ਜਦੋਂ ਪੀੜਤ ਨੂੰ ਦਿਲ ਦਾ ਦੌਰਾ ਪਿਆ ਹੋਵੇ ਸੈਕੰਡ ਆਪਸ਼ਨ ਹੈਗਾ ਜਦੋਂ ਪੀੜਤ ਨੂੰ ਸਾਹ ਔਖਾ ਆ ਰਿਹਾ ਹੋਵੇ ਥਰਡ ਆਪਸ਼ਨ ਹੈਗਾ ਜੀ ਦੋਵੇਂ ਤੇ ਫੋਰਥ ਹੈਗਾ ਜੀ ਨਨ ਆਫ ਥੀਸ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਉੱਤੇ ਦੱਸੇ ਦੋਵੇਂ ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਸੀਪੀਆਰ ਕਦੋਂ ਨਹੀਂ ਕਰਨੀ ਚਾਹੀਦੀ ਤਾਂ ਕਦੋਂ ਨਹੀਂ ਕਰਨੀ ਚਾਹੀਦੀ ਜਦੋਂ ਪੀੜਤ ਨੂੰ ਦਿਲ ਦਾ ਦੌਰਾ ਪਿਆ ਹੋਵੇ ਤੇ ਜਦੋਂ ਪੀੜਤ ਨੂੰ ਸਾਹ ਔਖਾ ਰਿਹਾ ਹੋਵੇ ਉਦੋਂ ਸੀਪੀਆਰ ਨਹੀਂ ਕਰਨੀ ਚਾਹੀਦੀ ਚੱਲਦੇ ਆਂ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਦਿੱਤਾ ਜੀ ਸੰਤੁਲਿਤ ਭੋਜਨ ਵਿੱਚ ਛੇਟ ਲਿਕੇ ਪੋਸ਼ਟਿਕ ਤੱਤ ਹੁਣੇ ਅਤੀ ਜ਼ਰੂਰੀ ਹਨ ਚਾਰ ਆਪਸ਼ਨ ਨੇ ਫਸਟ ਦਿੱਤਾ ਜੀ ਪ੍ਰੋਟੀਨ ਤੇ ਚਰਬੀ ਸੈਕੰਡ ਆਪਸ਼ਨ ਹੈਗਾ ਕਾਰਬੋਹਾਈਡਰੇਟ ਤੇ ਵਿਟਾਮਿਨ ਥਰਡ ਆਪਸ਼ਨ ਹੈਗਾ ਜੀ ਖਣਿਜ ਲੋਨ ਤੇ ਪਾਣੀ ਤੇ ਫੋਰਥ ਦਿੱਤਾ ਹੈ ਇਹ ਸਾਰੇ ਹਾਂਜੀ ਤੁਹਾਡੇ ਕੋਲ 5 ਸੈਕਿੰਡ ਦਾ ਸਮਾਂ ਹੈਗਾ ਜੀ ਇਸ ਕੁਐਸਚਨ ਨੂੰ ਸੋਲਵ ਕਰਨ ਦੇ ਲਈ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਚੁਣਦੇ ਹੋ ਇਹ ਸਾਰੇ ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਂਦਾ ਹੈ ਹਾਂਜੀ ਸੰਤੁਲਿਤ ਭੋਜਨ ਵਿੱਚ ਹੇਠ ਲਿਖੇ ਪੋਸ਼ਟਿਕ ਤੱਤ ਹੋਣੇ ਚਾਹੀਦੇ ਨੇ ਪ੍ਰੋਟੀਨ ਚਰਬੀ ਕਾਰਬੋਹਾਈਡਰੇਟ ਵਿਟਾਮਿਨ ਖਣਿਜ ਲੂਣ ਤੇ ਪਾਣੀ ਹਾਂਜੀ ਇਸ ਲਈ ਇਸ ਕੁਐਸਚਨ ਦਾ ਆਪਸ਼ਨ ਨੰਬਰ ਡੀ ਆਪਣਾ ਕਰੈਕਟ ਹੋ ਜਾਵੇਗਾ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹੇਠ ਲਿਖਿਆਂ ਵਿੱਚੋਂ ਕਿਹੜਾ ਬਨਸਪਤੀ ਪ੍ਰੋਟੀਨ ਨਹੀਂ ਹੈ ਚਾਰ 옵ਸ਼ਨ ਨੇ ਫਸ ਦਿੱਤਾ ਜੀ ਦਾਲਾਂ ਸੈਕਿੰਡ ਆਪਸ਼ਨ ਹੈਗਾ ਸੂਰਜਮੁਖੀ ਥਰਡ ਆਪਸ਼ਨ ਹੈਗਾ ਜੀ ਦੁੱਧ ਤੇ ਫੋਰਥ ਦਿੱਤਾ ਜੀ ਸਬਜ਼ੀਆਂ ਤੁਸੀਂ ਦੱਸਣਾ ਹੈ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਬਨਸਪਤੀ ਪ੍ਰੋਟੀਨ ਨਹੀਂ ਹੈ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਦੇ ਹੋ ਦੁੱਧ ਤਾਂ ਤੁਹਾਡਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਦੁੱਧ ਇੱਕ ਬਨਸਪਤੀ ਪ੍ਰੋਟੀਨ ਨਹੀਂ ਹੈ ਬਾਕੀ ਸਾਰੇ ਬਨਸਪਤੀ ਪ੍ਰੋਟੀਨ ਨੇ ਦਾਲਾਂ ਸਬਜ਼ੀਆਂ ਤੇ ਸੂਰਜਮਖੀ ਚਲਦੇ ਆ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਨੈਕਸਟ ਕੁਐਸਚਨ ਹੈਗਾ ਇੱਕ ਸਧਾਰਨ ਵਿਅਕਤੀ ਦੇ ਭੋਜਨ ਵਿੱਚ ਡੈਸ਼ ਪ੍ਰੋਟੀਨ ਹੋਣਾ ਲਾਜ਼ਮੀ ਹੈ ਚਾਰ ਆਪਸ਼ਨ ਹੈ ਫਸਟ ਦਿੱਤਾ ਜੀ 20 ਤੋਂ 40 ਗ੍ਰਾਮ ਸੈਕੰਡ ਆਪਸ਼ਨ ਹੈਗਾ 50 ਤੋਂ 70 ਗ੍ਰਾਮ ਥਰਡ ਆਪਸ਼ਨ ਹੈਗਾ ਜੀ 100 ਗ੍ਰਾਮ ਤੇ ਫੋਰਥ ਦਿੱਤਾ ਜੀ 40 ਗ੍ਰਾਮ ਤੋਂ ਘੱਟ ਤੁਹਾਡੇ ਕੋਲ 5 ਸੈਕਿੰਡ ਨੇ ਹਾਂਜੀ ਜਿੰਨਾ ਸਾਥੀਆਂ ਨੇ ਇਸ ਕੁਸ਼ਨ ਦਾ অপਸ਼ਨ ਨੰਬਰ ਬੀ ਚੁਣਿਆ ਜੀ 50 ਤੋਂ 70 ਗ੍ਰਾਮ ਉਹਨਾਂ ਦਾ ਆਨਸਰ ਕਰੈਕਟ ਹੋ ਜਾਵੇਗਾ ਹਾਂਜੀ ਇੱਕ ਸਧਾਰਨ ਵਿਅਕਤੀ ਦੇ ਭੋਜਨ ਵਿੱਚ 50 ਤੋਂ 70 ਗ੍ਰਾਮ ਪ੍ਰੋਟੀਨ ਹੋਣਾ ਲਾਜ਼ਮੀ ਹੈ ਹਾਂਜੀ ਚਲਦੇ ਹਾਂ ਅੱਜ ਦੀ ਵੀਡੀਓ ਦੇ ਲਾਸਟ ਕੁਸ਼ਨ ਵੱਲ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਟਾਮਿਨ ਬੀ ਦਾ ਸਰੋਤ ਹੈਗਾ ਹਾਂਜੀ ਇਸ ਕੁਐਸਚਨ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ অপਸ਼ਨ ਮੈਂ ਤੁਹਾਨੂੰ ਦੱਸ ਦੇਣਾ ਫਸਟ ਦਿੱਤਾ ਹੈ ਜੀ ਦੁੱਧ ਸੈਕੰਡ ਆਪਸ਼ਨ ਹੈਗਾ ਦਹੀਂ ਥਰਡ ਆਪਸ਼ਨ ਹੈਗਾ ਜੀ ਮਾਸ 4th ਆਪਸ਼ਨ ਦਿੱਤਾ ਹੈ ਜੀ ਅੰਡਾ ਤੇ 5th ਆਪਸ਼ਨ ਹੈਗਾ ਜੀ ਇਹ ਸਾਰੇ ਕੁਐਸਚਨ ਫਿਰ ਤੋਂ ਰਿਪੀਟ ਕਰ ਦੇਣਾ ਹੇਟ ਲਿਖ ਕੇ ਕਿਹੜਾ ਵਿਟਾਮਿਨ ਬੀ ਦਾ ਸਰੋਤ ਹੈ ਹਾਂਜੀ ਫਰੈਂਡ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਿਓ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਪਹਿਲੀ ਵਾਰ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਜਿਸ ਦੇ ਨਾਲ ਤੁਹਾਨੂੰ ਸਾਡੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ ਮਿਲਦੇ ਆਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਤੇ ਲਈ ਟੇਕ ਕੇਅਰ